ਇਹ ਗੱਲ ਆ ਕੇ ਖੜ ਜਾਂਦੀ ਹੁੰਦੀ ਆ ਇੱਥੇ, ਇਹਦੇ ਵਿੱਚ ਵਰਾਇਟੀਆਂ ਵਾਲੀਆਂ ਆਉਂਦੀਆਂ, ਇਹਦੇ ਵਿੱਚ ਵਰਾਇਟੀ ਜਿਵੇਂ ਕਹਿ ਦਈਏ ਪੂਰੇ ਦੇ ਪੂਰੇ ਆਪਣਾ ਬੂਮਰ ਆ ਜਿਹੜਾ ਓਲਾ ਹੀ ਇੱਥੇ ਪੈਂਦਾ, ਓਲਾ ਇੱਥੇ ਪੈਂਦਾ, ਓਲਾ ਹੀ ਇੱਥੇ ਪੈਂਦਾ। ਇਹ ਆਪਾਂ ਕਿਹੜਾ ਲਾਉਣੇ ਆ ਪੰਪ ਆ ਜਿਹੜਾ, ਇਹ ਆਪਾਂ ਵੀਰੇ ਬਿੱਟੋ ਲਾਉਣੇ ਆ 140 ਨੰਬਰ, ਮੁੜ ਕੇ ਬਿੱਟੋ ਦਾ 140 ਨੰਬਰ ਪੰਪ ਆ। ਪਹਿਲਾਂ ਤਾਂ ਪੰਪ ਦਾ ਸਾਈਜ਼ ਹੀ ਚੈੱਕ ਕਰ ਲਓ ਮਿੱਤਰੋ, ਬਹੁਤ ਤੁਸੀਂ ਸਪਰੇਅ ਬੂਮਰ ਦੇਖੇ ਹੋਣਗੇ, ਆਹ ਪੰਪ ਨਿੱਕਾ ਜਿਹਾ ਹੁੰਦਾ ਲੱਗਿਆ ਵਾ ਤੇ ਪੰਪ ਹੀ ਬਹੁਤ ਵੱਡਾ ਲੱਗਿਆ ਵਾ, ਤੇ ਇਹਦੇ ਕਰਕੇ ਜਿਵੇਂ ਪ੍ਰੈਸ਼ਰ ਵੀ ਸਾਰਾ ਇਹਦੇ ਵਿੱਚ ਜਾਣ ਆਊ, ਉਹਨੀ ਭੇਜਣਾ, ਉਹਨੀ ਭੇਜਣਾ ਵੀਰੇ, ਉਹਨੀ ਤੱਕ ਲੇਬਰ ਵਾਲਾ ਕੰਮ ਹੀ ਮੁਕਾਤਾ, ਪਾਣੀ ਭਰੂ ਵੀ ਆਪਦੇ ਆਪ, ਸਪਰੇ ਵੀ ਆਪਦੇ ਆਪ ਕਰੇ, ਬੰਦੇ ਨੇ ਇਕੱਲਾ ਸਟੀਅਰਿੰਗ ਫੜਨਾ। 32 ਕਿਲੋ ਵਜਨਾ, 600 ਲੀਟਰ ਵਾਲੀ ਟੈਂਕੀ ਹੈ ਮੇਰੇ, ਓਰੀਐਂਟ ਦੀ ਰਹਿਣਾ ਟੈਂਕੀ ਦਾ ਫਰਕ ਇਹੀ ਆ, ਉਹਨਾਂ ਦੀ ਡਾਈ ਦੇ ਵਿੱਚ ਮਾਰਕ ਆ ਵੀਰੇ। ਤਾਂ ਦਵਾਈ ਦੇਖਣ ਖਾਤਰ ਇੱਥੋਂ ਉੱਤੇ ਚੜ ਕੇ ਢੱਕਣ ਖੋਲ ਕੇ ਫੇਰ ਦੇਖਦਾ ਜੀ ਭਾਈ ਇੰਨੀ ਕਾ, ਉਹ ਵੀ ਇੰਨੀ ਪਤਾ ਗਰਮੀ 'ਚ ਦਿਸੇ ਨਾ, ਜਿਵੇਂ ਹੁਣ ਆਪਾਂ ਖੜੇ ਹਾਂ ਇਹ, ਆਹ ਦੇਖੋ ਮਿੱਤਰੋ ਅਸੀਂ ਇੰਨਾ ਪਾਣੀ ਆ ਇਹਦੇ ਵਿੱਚ ਹੁਣ ਟੈਂਕੀ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ, ਯੂਟਿਊਬ ਚੈਨਲ ਤੇ ਸਾਰਿਆਂ ਦਾ। ਆਪਾਂ ਪਹੁੰਚੇ ਮਿੱਤਰੋ ਬਾਈ ਹਰਮਨ ਕੋਲ, ਤੇ ਬਾਈ ਨੇ ਸਪਰੇ ਬੂਮਰ ਤਿਆਰ ਕੀਤਾ, ਤੇ ਕੰਮ ਆ ਜਿਹੜਾ ਬਾਈ ਦਾ, ਜਿਹੜਾ ਸਪਰੇ ਬੂਮਰ ਵਾਲਾ ਪੂਰਾ ਫੁੱਲ ਤਸੱਲੀ ਵਾਲਾ ਕੰਮ ਆ, ਤੇ ਇਹਦੇ ਜਿਹੜਾ ਸਪਰੇ ਬੂਮਰ ਇਹਦੇ ਵਿੱਚ ਕਿਹੜੇ ਕਿਹੜੇ ਫੀਚਰ ਪਾਇਆ ਸਾਰੀ ਜਾਣਕਾਰੀ ਬਾਈ ਹਰਮਨ ਤੋਂ ਲੈਂਦੇ। ਸਤਿ ਸ਼੍ਰੀ ਅਕਾਲ ਵੀ, ਸਤਿ ਸ਼੍ਰੀ ਅਕਾਲ ਵੀ। ਤੇ ਪਹਿਲਾਂ ਤਾਂ ਇਹਦੀ ਟੈਂਕੀ ਦੀ ਆ, ਜਿਹਦੇ ਨਾਲ ਆਪਾਂ ਕਹੀਏ ਬੂਮਰ ਦੀ ਜ਼ਿੰਦਗੀ ਆ, ਲਾਈਫ ਆ, ਹਨਾ। ਹਾਂਜੀ ਹਾਂਜੀ, ਇਹ ਜੇ ਟਾਈਮ ਤੋਂ ਪਹਿਲਾਂ ਖਰਾਬ ਹੋ ਗਈ ਫਿਰ ਕਿਸਾਨ ਨੂੰ ਬਹੁਤ ਦਿੱਕਤ ਹੋਊਗੀ, ਬਹੁਤ ਦਿੱਕਤ ਹੁੰਦੀ ਹੈ, ਕਿਉਂਕਿ ਖੁੱਲ ਖਲਈਆ ਵੀ ਬਾਹਲਾ ਹੋ ਜਾਂਦਾ ਹਨਾ ਹਰਮਨ। ਇਹ ਆਪਾਂ ਕਿਹੜੀ ਲਾਉਣੇ ਆ ਟੈਂਕੀ? ਇਹ ਵੀਰੇ ਓਰੀਐਂਟ ਦੀ ਆਪਾਂ ਰਹਿਣ ਨਾਲ ਟੈਂਕੀ ਲਾਉਣੇ ਆ, ਠੀਕ ਆ। 32 ਕਿਲੋ ਦੀ ਟੈਂਕੀ ਹੈ ਆਪਣੀ, ਇੱਧਰ ਲੈ ਕੇ ਟੈਂਕੀ ਦੇ ਮਾਰੀ, 32 ਕਿਲੋ ਵਜਨਾ, 32 ਕਿਲੋ ਵਜਨਾ, 32 ਕਿਲੋ ਵਜਨਾ, 600 ਲੀਟਰ ਵਾਲੀ ਟੈਂਕੀ ਹੈ ਮੇਰੇ। ਓਰੀਐਂਟ ਦੀ ਰਹਿਣ ਨਾਲ ਟੈਂਕੀ ਦਾ ਫਰਕ ਇਹੀ ਆ, ਉਹਨਾਂ ਦੀ ਡਾਈ ਦੇ ਵਿੱਚ ਮਾਰਕ ਆ ਵੀਰੇ, ਠੀਕ ਹੈ। ਡਾਈ ਦੇ ਵਿੱਚ ਮਾਰਕ ਆ, ਜਿਵੇਂ ਕਹਿੰਦੇ ਰਬੜ ਦੇ ਨਾਲ ਮਾਰਕ ਆ, ਸਟicker ਨਹੀਂ ਲੱਗਿਆ, ਸਟicker ਨਹੀਂ ਲੱਗਿਆ, ਸਟicker ਆਉਂਦੇ ਆ, ਇੱਕ ਸਟicker ਵਾਲੀ ਟੈਂਕੀ ਆਉਂਦੀ ਆ ਜਾਨੀ, ਉਹ ਤੜਕਣ ਲੱਗ ਜਾਂਦੀ ਆ, ਠੀਕ ਹੈ, ਉਹ ਤੜਕਣ ਲੱਗ ਜਾਂਦੀ ਆ, ਇਹਦੀ ਲਾਈਫ ਵੱਧ ਆ, ਇਹਦੀ ਲਾਈਫ ਵੱਧ, ਟੈਂਕੀ ਦੀ ਅੱਡ ਗਰੰਟੀ ਹੋਊਗੀ। ਹਾਂਜੀ, ਤੇ ਹੁਣ ਜੇ ਆਪਾਂ ਆਪਣੇ ਬੂਮਰ ਦੀ ਗੱਲ ਕਰੀਏ, ਕਿੰਨਾ ਖੁੱਲ ਜਾਂਦਾ ਇਹ? ਇਹ ਵੀਰੇ 38 ਫੁੱਟ ਖੁੱਲਦਾ, 42 ਫੁੱਟ ਜਗ੍ਹਾ ਲੈ ਕੇ ਜਾਂਦਾ ਇਹ, 38 ਫੁੱਟ ਖੁੱਲਦਾ ਤੇ ਜਗ੍ਹਾ ਮਿੱਤਰੋ ਤੋਂ ਵੱਧ ਲੈ ਕੇ ਜਾਂਦਾ, ਜਿਹੜੀ ਆਹ ਗੰਨ ਸਾਈਡ ਤੇ ਲਾਤੀ, ਜਿਵੇਂ ਕਰੀਏ 2.5 ਫੁੱਟ ਵੱਧ ਜਾਂਦਾ ਇਹਦੇ ਨਾਲ ਕੰਮ, ਹਾਂ ਇਹਦੇ ਨਾਲ। ਨਾਲੇ ਤਾਂ ਇਹ ਜਦੋਂ ਦੂਰ ਆਪਾਂ ਕਈ ਕਾਸੇ ਰਾਹੀਂ ਨਾ ਉਹ ਕਰਦੇ ਆ, ਨੀਵੇਂ ਬਾਹਣ ਚ ਆਪਾਂ ਕਰਦੇ ਕਿਸੇ ਨਾਲ, ਪੜੀ ਨਾਲ ਨਹੀਂ ਫਸਦੀ ਵੀਰੇ, ਠੀਕ ਹੈ, ਪੜੀ ਪੜੂ ਦੇ ਨਾਲ ਨਹੀਂ ਲੱਗਦੀ, ਮੈਂ ਮੰਨ ਕੇ ਚਲੋ ਵੀ ਇੰਨੀ, ਜਾਨੀ ਅਗਲਾ ਫੁੱਟ 1.5 ਫੁੱਟ 2 ਫੁੱਟ ਦੂਰ ਹੀ ਰੱਖਦਾ ਇਹਨੂੰ, ਠੀਕ ਹੈ। ਬਾਕੀ ਚੱਲਦੇ ਦੀਆਂ ਜਿਹੜੀਆਂ ਕਲਿੱਪਾਂ ਨੇ ਤੁਹਾਡੇ ਉੱਤੇ ਆਪਾਂ ਲਾਤੀਆਂ, ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ, ਤੇ ਜਿਹੜੀਆਂ ਗੰਨਾਂ ਦੀ ਆਪਾਂ ਇਹਨਾਂ ਦੀ ਗੱਲ ਕਰੀਏ, ਕਿੰਨੀਆਂ ਲੱਗੀਆਂ ਹੋਣਗੀਆਂ ਇਹ 'ਚ ਧੁਰ ਤੋਂ ਧੁਰ ਤੱਕ? ਇਹ ਵੀਰੇ 14 ਜਾਨੀ 20 ਇੰਚ ਤੇ ਇੱਕ ਲੱਗਦੀ ਹੈ, ਠੀਕ ਹੈ, 20 ਇੰਚ ਤੇ ਇੱਕ ਲੱਗਦੀ ਆ, ਆਪਣਾ 38 ਫੁੱਟ ਆ, ਹਨਾ। ਹਾਂਜੀ, ਇੱਕ ਚੀਜ਼ ਹੋਰ ਆ ਗਈ ਇਹ ਮਿੱਤਰੋ, ਸਪਰਿੰਗ ਦਾ ਚਮਕਾਤਾ ਥੱਲੇ ਵੀ ਲੱਗਿਆ ਵਾ, ਇਕੱਠੀ ਕਰਨੀ ਬੜੀ ਸੌਖੀ ਆ, ਜ਼ੋਰ ਨਹੀਂ ਲਵਾਉਂਦੇ, ਜਿਵੇਂ ਜਿਵੇਂ ਬੋਲੀ ਆ ਨਾ, ਜਮੇ ਜ਼ੋਰ ਨਹੀਂ ਲਵਾਇਆ, ਦੇਖੋ ਹੋ ਗਈ ਇਕੱਠੀ, ਇਹ ਦੁਬਾਰਾ ਤੇ ਇਥੋਂ ਵੀ ਸਿਰਫ ਤੁਸੀਂ ਧੱਕਣਾ, ਉਹ ਸਪਰਿੰਗ ਨੇ ਆ ਆਟੋਮੈਟਿਕ ਖਿੱਚ ਲੈਣੀ ਆ, ਆ ਚੀਜ਼ ਦੇਖੋ ਤੁਸੀਂ, ਠੀਕ ਹੈ, ਦੁਬਾਰਾ ਲਾਤੀ, ਇਹਨੇ ਆਪ ਹੀ ਖਿੱਚ ਲੈਣਾ, ਇਥੋਂ ਆਪਦੇ ਆਪ ਹੀ ਜਾਊ, ਇਹਦਾ ਰੋਕ ਕੇ ਰੱਖਣਾ ਪਿਆ ਕਰੂ, ਰੋਕ ਕੇ ਰੱਖਣਾ ਪਿਆ ਕਰੂ, ਇਕੱਠੀ ਕਰਨੀ ਸੌਖੀ ਆ ਮਿੱਤਰੋ, ਐ ਮੰਨ ਕੇ ਚਲੋ ਕੱਲਾ ਬੰਦਾ ਜਾ ਕੇ ਜਿਵੇਂ ਮਰਜ਼ੀ ਸਪਰੇਅ ਕਰਿਆ ਵੇ, ਇੱਕ ਰਾਹ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਬਈ ਆਪਾਂ ਨੂੰ, ਠੀਕ ਹੈ, ਯਾਨੀ ਟਰੈਕਟਰ ਜਿੰਨਾ ਥਾਈ ਰੋਕਦੀ ਆ ਜਿਵੇਂ ਕਿਹਦੀ ਆਪਾਂ, ਹਨਾ। ਹਾਂਜੀ ਹਾਂਜੀ ਵੀਰੇ, ਤੇ ਜਿਵੇਂ ਮਰਜ਼ੀ ਲੈ ਜਾਓ, ਤੇ ਬਾਕੀ ਵੱਡੀ ਗੱਲ ਜਿਹੜੀ ਆ ਜਗ੍ਹਾ ਕੀ ਵੀ ਘੱਟ ਰੋਕਦੀ ਆ, ਹਨਾ, ਜਿਵੇਂ ਟਾਇਰਾਂ ਵਾਲੇ ਬੂਮਰ ਦੀ ਗੱਲ ਕਰੀਏ, ਉਹ ਫਿਰ ਵੀ ਜਗ੍ਹਾ ਵੱਧ ਲੈ ਜਾਂਦਾ, ਘਰੇ ਕਿਸਾਨ ਵੀਰ ਦੇ ਕਹੀਏ ਕਿਤੇ ਜਗ੍ਹਾ ਘੱਟ ਆਉਂਦੀ ਆ, ਖੜਾਉਣ 'ਚ ਵੀ ਦਿੱਕਤ ਆਉਂਦੀ ਆ, ਜਗ੍ਹਾ ਬਹੁਤ ਘੱਟ ਲੈਂਦੀ ਆ, ਤੇ ਆਹ ਚੀਜ਼ ਦਾ ਜਿਵੇਂ ਲਹਿਦਾ ਜਿਹਾ ਕੰਮ ਕਰਤਾ, ਇਹਦੇ ਬਾਰੇ ਪਾ ਚੱਲਣਾ ਮਾੜਾ ਜਿਹਾ। ਇਹ ਵੀਰੇ ਨਾ ਦਵਾਈ ਦੇਖਣ ਵਾਸਤੇ ਬਾਈਆਂ ਨੇ ਨਾ ਇਹ ਅੰਬਾਲੇ ਭੇਜਣਾ ਆਪਾਂ ਪੰਪ, ਇਹ ਠੀਕ ਹੈ, ਉਹਨਾਂ ਨੇ ਸਪੈਸ਼ਲ ਕਹਿ ਕੇ ਲਵਾਈ ਆ ਵੀ ਸਾਨੂੰ ਬਈ ਦਵਾਈ ਦੇਖਣ ਦੀ ਬਹੁਤ ਦਿੱਕਤ ਆਉਂਦੀ ਹੈ, ਦਵਾਈ ਦੇਖਣ ਨੂੰ ਖਤਰਾ ਹੈਗਾ ਵੀ ਕਿੰਨਾ ਬੰਦਾ ਪਹਿਲਾਂ ਦਵਾਈ ਦੇਖਣ ਖਾਤਰ ਇੱਥੋਂ ਉੱਤੇ ਚੜ ਕੇ ਢੱਕਣ ਖੋਲ ਕੇ ਫੇਰ ਦੇਖਦਾ ਜੀ ਭਾਈ ਇੰਨੀ ਕਾ, ਉਹ ਵੀ ਇੰਨੀ ਪਤਾ ਗਰਮੀ 'ਚ ਦਿਸੇ ਨਾ, ਜਿਵੇਂ ਹੁਣ ਆਪਾਂ ਖੜੇ ਹਾਂ ਇਹ, ਆਹ ਦੇਖੋ ਮਿੱਤਰੋ ਅਸੀਂ ਇੰਨਾ ਪਾਣੀ ਆ ਇਹਦੇ ਵਿੱਚ ਹੁਣ ਟੈਂਕੀ ਦੇ, ਇਹਦੇ ਕੋਲ ਆ ਕੇ ਦਿਖਾ ਦੀ ਮਾੜਾ ਜਿਹਾ, ਇੰਨਾ ਪਾਣੀ ਆ ਟੈਂਕੀ ਦੇ ਵਿੱਚ, ਦੇਖੋ ਮਿੱਤਰੋ ਆਹ ਪਾਣੀ ਆ, ਇਹਦੇ ਰਾਹੀਂ
ਪਤਾ ਲੱਗ ਜੂ ਤੁਹਾਨੂੰ ਟੈਂਕੀ ਦੇ ਵਿੱਚ ਪਾਣੀ ਕਿੰਨਾ ਕਿੰਨਾ ਰਹਿ ਗਿਆ, ਕਿੰਨਾ ਘੱਟ ਗਿਆ, ਕੀ ਗੱਲ ਬਾਤ ਹੈ ਨਾ। ਇੱਕ ਸਿਸਟਮ ਹੋਰ ਵੀ ਹੈ ਵਿੱਚ, ਬੰਦੇ ਉਹੀ ਸਰਾਖ ਮਾਰ ਕੇ ਪਾਈਪ ਛੱਡ ਦਿੰਦੇ, ਆਪਾਂ ਟੈਂਕੀ ਨਿਪਲ ਸਪੈਸ਼ਲ ਟੈਂਕੀ ਨਿਪਲ ਲਾ ਕੇ ਆਪਾਂ ਠੀਕ ਹੈ, ਫਿਰ ਆਪਾਂ ਫਿਲਟਰ ਵਾਲੀ ਪਾਈਪ ਨੂੰ ਦਿੰਦੇ ਹਾਂ। ਆਹ ਆਪਣੀ ਦਵਾਈ ਘੋਲਣ ਵਾਲਾ ਸਿਸਟਮ ਹੈਗਾ, ਠੀਕ ਹੈ, ਆਹ ਆਪਣੀ ਆ ਗਈ ਵਾਪਸੀ, ਤਾਂ ਐਂ ਪਾਈ ਵੀ ਜਦੋਂ ਆਪਾਂ ਇਹ ਨਹੀਂ ਉਹ ਕਰਦੇ ਸਾਰੇ ਟੈਂਕੀ ਨਿਪਲ ਲਾਉਂਦੇ ਹਾਂ, ਟੈਂਕੀ ਘੁੱਟੀ ਜਾਂਦੀ ਹੈ ਆਪਣੀ, ਠੀਕ ਹੈ, ਉਹਨੇ ਤਾਂ ਪ੍ਰੈਸ਼ਰ ਨਾਲ ਪਾਣੀ ਚੱਕ ਹੀ ਲੈਣਾ ਗਾ, ਠੀਕ ਹੈ। ਆਹ ਮਿੱਤਰੋ ਨਿਪਲ ਸਿਸਟਮ ਕਰਿਆ ਵਾ, ਜਿਵੇਂ ਕਹਿੰਦੇ ਪਾਣੀ ਫਿਰ ਉੱਤੇ ਵੀ ਨਹੀਂ ਡੋਲਦੀ ਨਾ ਦਵਾਈ ਫੜਲੇ, ਤੁਸੀਂ ਵਿੱਚੋਂ ਫੀਟਿੰਗ ਦੇਖੋ ਵੀਰੇ ਕਿੰਨੀ ਵਧੀਆ ਹੋਈ, ਦੇਖੋ ਮਿੱਤਰੋ, ਚੜੋ ਉੱਤੇ ਮੜੇ ਕੈਮਰਾ ਮਾਰੋ, ਵਿੱਚ ਵੀ ਪੱਕੀ ਪਾਈਪ ਹੀ ਆਹ, ਜਾਣੀ ਐ ਨਹੀਂ ਹੈਗਾ ਵੀ ਕਿਸੇ ਪਾਸੇ ਦਵਾਈ ਘੋਲਣ ਨਾਲ, ਤੇ ਇਹਦੇ ਮੂਹਰੇ ਵੀ ਫਿਲਟਰ ਲੱਗਿਆ ਵਾ ਹਨਾ ਗਾਹਾਂ, ਹਾਂਜੀ ਹਾਂਜੀ ਵੀਰੇ, ਉਹ ਅੱਗੇ ਵੀ ਫਿਲਟਰ ਲੱਗਿਆ ਵਾ ਤੇ ਆਹ ਦਵਾਈ ਘੋਲਣ ਨਾਲ ਇਧਰ ਸਾਈਡ ਤੇ ਆ ਗਿਆ, ਇਹ ਸਾਈਡ ਤੇ ਆ ਗਿਆ ਵੀਰੇ ਆਪਣਾ, ਤੇ ਦਵਾਈ ਘੋਲਣ ਨਾਲ ਆ ਤਾਂ ਇਹਦਾ ਫਿਰ ਡਬਲ ਹੋ ਗਿਆ ਪਾਣੀ, ਜੇ ਆਪਾਂ ਉਹ ਥੱਲੇ ਵਾਲੀ ਜਾਲੀ ਹੋ ਗਈ ਉਹਦੇ ਨਾਲ ਹੀ ਪੰਪ 'ਚ ਵੀ ਸਾਫ਼ ਹੋ ਗਏ, ਹਾਂਜੀ, ਟੈਂਕੀ ਦੇ ਵਿੱਚ ਵੀ ਆਹ ਢੱਕਣ ਲੱਗ ਗਿਆ ਸਾਫ਼ ਹੋ ਗਏ ਜਾਊ, ਇਹ ਫਿਰ ਨਿਊਜ਼ਲਾਂ ਨਹੀਂ ਵੀਰੇ ਇਹਨਾਂ ਨਾਲ ਬੰਦ ਹੁੰਦੀਆਂ, ਠੀਕ ਹੈ, ਤੇ ਆਪਾਂ ਜਾਣੀ ਆਪਦੇ ਕਿੰਨੀ ਫੁੱਲ ਜ਼ੋਰ ਲਾਉਣੇ ਆਗੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ, ਵੀ ਕਿਸਾਨ ਵੀਰ ਜਿਹੜਾ ਲੈ ਗਿਆ ਉਹਨੂੰ ਆਉਣ ਵਾਲੇ ਟਾਈਮ 'ਚ ਕੋਈ ਦਿੱਕਤ ਨਾ ਆਵੇ, ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ, ਗੱਲ ਆ ਕੇ ਖੜ ਜਾਂਦੀ ਹੁੰਦੀ ਆ ਇੱਥੇ, ਇਹਦੇ ਵਿੱਚ ਵਰਾਇਟੀਆਂ ਵੜੀਆਂ ਆਉਂਦੀਆਂ, ਇਹਦੇ ਵਿੱਚ ਵਰਾਇਟੀ ਜਿਵੇਂ ਕਹਿ ਦਈਏ ਪੂਰੇ ਦੇ ਪੂਰੇ ਆਪਣਾ ਬੂਮਰ ਆ ਜਿਹੜਾ ਉਹਲਾ ਹੀ ਇੱਥੇ ਪੈਂਦਾ, ਉਹਲਾ ਇੱਥੇ ਪੈਂਦਾ, ਉਹਲਾ ਹੀ ਇੱਥੇ ਪੈਂਦਾ, ਇਹ ਆਪਾਂ ਕਿਹੜਾ ਲਾਉਣੇ ਆ ਪੰਪ ਆ ਜਿਹੜਾ, ਇਹ ਆਪਾਂ ਵੀਰੇ ਬਿੱਟੋ ਲਾਉਣੇ ਆ 140 ਨੰਬਰ, ਠੀਕ ਹੈ, ਆਪਾਂ 100 ਨੰਬਰ ਲਾਉਣੇ ਆਗੇ, ਦੂਜੇ ਆਪਣੇ 1000 ਲੀਟਰ ਵਾਲੇ ਤੇ ਪਾਈਪਾਂ ਵਾਲੇ ਤੇ, ਠੀਕ ਹੈ, ਉਹਦੇ ਕਿਤੇ ਨਾ 80 ਲਾਇਆ ਨਾ 70 ਲਾਇਆ, ਉਹ ਤੇ 100 ਲਾਉਣੇ, ਇਹਦੇ 140 ਆਪਾਂ ਲਾਉਣੇ ਹੀ ਲਾਉਣਾ, ਚਾਹੇ ਅਗਲਾ ਆਟੋਗਨ ਵਾਲਾ ਲੈ ਲੇ, ਠੀਕ ਹੈ, ਚਾਹੇ ਅਗਲਾ ਲੈ ਲੇ ਵੀਰੇ ਬੂਮ ਵਾਲਾ, ਕੱਲ ਨੂੰ ਆਟੋਗਨ ਵਾਲੇ ਨੇ ਮੰਨ ਲਓ ਬੂਮ ਲਾਉਣਾ, ਆਪਾਂ ਐਂ ਸੋਚ ਕੇ ਚੱਲਦੇ ਹਾਂ ਵੀ ਯਾਰ ਪੈਸੇ ਇੱਕ ਵਾਰੀ ਲਾਉਂਦਾ ਬੰਦਾ, ਵਾਰੀ ਵਾਰੀ ਨਹੀਂ ਲਾਉਂਦਾ, ਵੀ ਬਾਈ ਨੂੰ ਪੰਪ ਨਾ ਬਦਲਣਾ ਪੈ ਜੇ ਮੁੜ ਕੇ, ਬੀਟੋ ਦਾ 140 ਨੰਬਰ ਪੰਪ, ਪਹਿਲਾਂ ਤਾਂ ਪੰਪ ਦਾ ਸਾਈਜ਼ ਹੀ ਚੈੱਕ ਕਰ ਲਓ ਮਿੱਤਰੋ, ਬਹੁਤ ਤੁਸੀਂ ਸਪਰੇ ਬੂਮਰ ਦੇਖੇ ਹੋਣਗੇ, ਆਹ ਪੰਪ ਨਿੱਕਾ ਜਿਹਾ ਹੁੰਦਾ ਲੱਗਿਆ ਵਾ ਤੇ ਪੰਪ ਹੀ ਬਹੁਤ ਵੱਡਾ ਲੱਗਿਆ ਵਾ, ਤੇ ਇਹਦੇ ਕਰਕੇ ਜਿਵੇਂ ਪ੍ਰੈਸ਼ਰ ਵੀ ਸਾਰਾ ਇਹਦੇ ਵਿੱਚ ਜਾਣ ਹੋਊ ਉਹਨੀ ਭੇਜਣਾ, ਉਹਨੀ ਭੇਜਣਾ ਵੀਰੇ, ਉਹਨੀ ਧੱਕਣਾ ਉੱਧਰ, ਉਹਨੀ ਧੱਕਣਾ ਗਾ, ਤੇ ਬਾਕੀ ਆਹ ਕਦੇ ਵਾਸਤੇ ਲਈ ਵੀ ਆਪਣੀ, ਇਹ ਵੀਰੇ ਪਾਣੀ ਭਰਨ ਵਾਸਤੇ ਆ, ਠੀਕ ਹੈ, ਬਾਲਟੀਆਂ ਵਾਲਾ ਕੰਮ ਚੱਕਦਾ, ਬਾਲਟੀਆਂ ਵਾਲਾ ਕੰਮ ਚੱਕਦਾ, ਇਹ ਕਿਵੇਂ ਕੰਮ ਕਰਦੀ ਆ ਇਹ, ਜਾਣੀ ਜਿਵੇਂ ਇੱਧਰ ਗੇਟ ਵਾਲਾ ਇਹਦਾ, ਠੀਕ ਹੈ, ਆਹ ਗੇਟ ਵਾਲਾ ਇਹਨੇ ਪ੍ਰੈਸ਼ਰ ਨਾਲ ਹੀ ਪਾਣੀ ਚਕਾਉਣਾ ਇਹਦਾ, ਠੀਕ ਹੈ, ਦੋ ਦੀ ਮੋਟਰ ਜਿੰਨਾ ਪਾਣੀ ਆ, ਦੋ ਤਿੰਨ ਦੀ ਜਿੰਨਾ, ਇਹ ਕਿਵੇਂ ਫਿਲਟਰ ਜਿੱਥੋਂ ਪਾਣੀ ਚੱਕਣਾ ਉਧਰ ਛੱਡਦਾ, ਇਹ ਉਧਰ ਛੱਡਦਾ ਨਾ ਵੀ ਇਹਦੇ ਵਿੱਚ ਕੋਈ ਕਚਰਾ ਕੱਪਾ ਨਾ ਆਵੇ, ਠੀਕ ਹੈ, ਆਪਣੇ ਸਿਸਟਮ ਦੇ ਵਾਸਤੇ ਆ, ਉਧਰ ਛੱਡਤਾ, ਆ ਆਪਣਾ ਲਾ ਨਾ ਇੱਧਰ ਮੂਰੇ ਐ ਸਲੋਟ, ਠੀਕ ਹੈ, ਹਾਂਜੀ, ਤੇ ਜਿਹੜੀ ਆ ਪਾਈਪ ਇਹਦੇ ਨਾਲ ਲੱਗੀ ਵੀ ਇਹ ਇਹ ਪਾਈਪ ਨਹੀਂ ਪਾਣੀ ਚਕਾਉਣਾ ਇਹਨੂੰ, ਠੀਕ ਹੈ, ਹਾਂਜੀ, ਇੱਥੋਂ ਇਹਨੇ ਪ੍ਰੈਸ਼ਰ ਨਾਲ ਪੀ ਚੱਕ ਲੈਣਾ ਪਾਣੀ, ਹਾਂਜੀ, ਇਧਰੋਂ ਪ੍ਰੈਸ਼ਰ ਦੇਈ ਜਾਣਾ ਸਾਰਾ ਪਾਣੀ, ਠੀਕ ਹੈ, ਉਹ ਸਿਸਟਮ ਹੀ ਮਿੱਤਰੋ ਬੰਦ ਕਰਤਾ ਵੀ ਤੁਸੀਂ ਪਹਿਲਾਂ ਬੰਦਾ ਡੱਗੀ ਕੋਲ ਲਿਆਉਂਦਾ ਸੀ, ਹੁਣ ਕੱਲਾ ਬਾਲਟੀਆਂ ਭਰਦਾ ਸੀ, ਹੁਣ ਜਿਵੇਂ ਵੀਰੇ ਮੂੰਗੀ ਤੇ ਆ ਜਾਂ ਕਿਤੇ ਸਵੇਰ ਵਾਲੀ ਸਪਰੇ ਆ ਜਾਂ ਸ਼ਾਮ ਵਾਲੀ ਆ, ਕਿ ਬੰਦਾ ਪੁੱਛਣ ਦੀ ਲੋੜ ਨਹੀਂ, ਠੀਕ ਹੈ, ਜਾਓ ਖੇਤ ਜਦੋਂ ਮੁੱਕ ਗਿਆ ਚੁੱਪ ਕਰਕੇ ਭਰੋ, ਲੇਬਰ ਵਾਲਾ ਕੰਮ ਹੀ ਖਤਮ, ਲੇਬਰ ਵਾਲਾ ਕੰਮ ਹੀ ਖਤਮ, ਲੇਬਰ ਵਾਲਾ ਕੰਮ ਹੀ ਮੁਕਾਤਾ, ਪਾਣੀ ਭਰੂ ਵੀ ਆਪਦੇ ਆਪ, ਸਪਰੇ ਵੀ ਆਪਦੇ ਆਪ ਕਰੇ, ਬੰਦੇ ਨੇ ਕੱਲਾ ਸਟੀਅਰਿੰਗ ਫੜਨਾ, ਉੱਤੋਂ ਸਟਾਰਟ ਕਰਕੇ ਉਦੋਂ ਬਾਅਦ ਬਹਿ ਜਾਣਾ, ਇਹਦੇ ਗੰਨਾ ਵੀ ਲੱਗ ਜਾਂਦੀਆਂ, ਇਹਦੇ ਗੰਨਾ ਵੀ ਲੱਗ ਗਏ, ਠੀਕ ਹੈ, ਇੰਡ ਵਾਲੀਆਂ ਗੰਨਾ ਲੱਗ ਗਏ ਨੇ, ਆ ਇਹਦੀਆਂ ਪਿੰਨਾਂ ਕੱਢ ਦੋ, ਉਹਦੇ ਵਾਲੀਆਂ ਪਾਲੋ ਬਸ, ਠੀਕ ਹੈ, ਇਹ ਜਾਣੀ ਸਪੈਸ਼ਲ ਆ, ਕਈ ਵਾਰੀ ਹੁਣ ਬੰਦੇ ਕਹਿੰਦੇ ਵੀ ਬਈ ਆਪਾਂ ਤਾਂ ਕੱਲਾ ਬੂਮ, ਜਿਵੇਂ ਬਾਈਆਂ ਨੇ ਕੱਲਾ ਬੂਮ ਲਵਾਇਆ ਆਪਦੀ ਲਈ, ਹਨਾ, ਆਪਾਂ ਕੱਲਾ ਉਹਨਾਂ ਨੂੰ ਬੂਮ ਦੀ ਫਿਟਿੰਗ ਕਰਕੇ ਦਿੱਤੀ ਆ, ਠੀਕ ਹੈ, ਜੇ ਕੋਈ ਬੰਦਾ ਕਹਿੰਦੇ ਵੀ ਆਟੋ ਗੰਨਾ ਲਾਉਣੀਆਂ ਨੇ ਨਾਲ ਅਸੀਂ, ਤਾਂ ਫਿਰ ਆਪਾਂ ਉਸ ਸਿਸਟਮ ਕਰਕੇ ਦੇਣਾ, ਉਹਦੀ ਡਾਟ ਕੱਢਣੀ ਪੈਂਦੀ ਵੀਰੇ ਮਗਰ, ਠੀਕ ਹੈ, ਸਪਰੇ ਸਾਰੀਆਂ ਫਸਲਾਂ ਤੇ ਹੁੰਦੀ ਆ, ਸਾਰੀਆਂ ਫਸਲਾਂ ਤੇ ਜੀ, ਤੇ ਬਾਕੀ ਗੰਨਾ ਜਿਹੜੀਆਂ ਆਪਾਂ ਫਿੱਟ ਕਰਦੇ ਆ ਹੁਣ ਗੰਨਾ ਵਾਲੀ, ਜਿਵੇਂ ਗੱਲ ਚੱਲੀ ਪਈ, ਉਹ ਕਿੰਨੀ ਜਗ੍ਹਾ ਲੈ ਕੇ ਜਾਂਦੀਆਂ, ਉਹ ਵੀ 40 ਫੁੱਟ ਲੈ ਕੇ ਆਉਂਦੀ ਵੀਰੇ, ਉਹ ਵੀ ਆਪਾਂ ਪ੍ਰੋਜੈਕਟ ਹੀ ਉਸ ਹਿਸਾਬ ਨਾਲ ਬਣਾ ਕੇ ਦਿੰਦੇ ਹਾਂ ਵੀ ਜੇ ਕੱਲ੍ਹ ਵਾਲੇ ਬੂਮ ਪਾਉਣਾ ਜਾਂ ਰੇਹ ਵਾਲੀ ਕੁੱਪੀ ਲਾਉਣੀ ਆ ਜਾਂ ਕੁਛ ਵੀ ਕਰਨਾ ਸਿਸਟਮ, ਵੀ ਉਹ ਉਨੀ ਤਾਂ ਲੈ ਕੇ ਜਾਵੇ, ਉਸ ਤੋਂ ਵੱਧ ਲੈ ਕੇ ਜਾਵੇ, ਘੱਟ ਨਾ ਲੈ ਕੇ ਜਾਵੇ, ਠੀਕ ਹੈ, ਤੇ ਬਾਕੀ ਜਦੋਂ ਆਪਾਂ ਆਈਐਸ ਮਾਰਕ ਦਾ ਸਾਰਾ ਲੋਹਾ ਲੱਗਿਆ ਹੋਊਗਾ ਵੀਰੇ ਆਪਣਾ, ਠੀਕ ਹੈ, ਲੋਹਾ ਵੀ ਵਧੀਆ ਕੁਆਲਿਟੀ ਦਾ ਲੱਗਿਆ, ਹਾਂਜੀ ਹਾਂ, ਤੇ ਹੁਣ ਜਿਵੇਂ ਆਪਾਂ ਸਾਰੀ ਜਾਣਕਾਰੀ ਦਾ ਹੁਣ ਤੁਸੀਂ ਲੜੀ ਪੰਪ ਹੋ ਗਿਆ ਟੈਂਕੀ ਹੋ ਗਈ, ਹੁਣ ਆਪਾਂ ਜਿਹੜਾ ਪੂਰੇ ਦਾ ਪੂਰਾ ਤਿਆਰ ਕਰਕੇ ਕਿੰਨੇ ਕੁ ਪੈਸਿਆਂ ਦਾ ਦਿੰਦੇ ਆ ਇਹ ਵੀਰੇ, ਆਪਾਂ ਜਿਹੜਾ
ਬੂਮ ਵਾਲਾ ਕਹੇ 95,000 ਰੁਪਈਆ ਰੇਟ ਕੱਢਿਆ ਵੀਰੇ ਠੀਕ ਹੈ 95,000 ਰੁਪਈਆ ਤੇ ਜੇ ਕਿਸੇ ਨੇ ਗੰਨਾ ਵੀ ਲਵਾਉਣੀਆਂ ਨੇ ਉਹਦੇ ਵਿੱਚ ਆਫਰ ਆ ਜਾਂਦੀ ਹੈ ਜਾਣੀ ਊਂ ਤਾਂ ਉਹ ਇਕੱਲੀਆਂ 17-18,000 ਚ ਪੈਂਦੀਆਂ ਨੇ ਗੰਨਾ ਤੇ ਉਹ ਆਪਾਂ 1,05,000 ਰੁਪਏ ਦੇ ਸੱਟ ਦਿੰਦੇ ਹਾਂ ਠੀਕ ਹੈ ਜੇ ਗੰਨਾ ਨਾਲ ਲਾ ਕੇ ਨਾਲ ਲਾ ਕੇ ਆਹ ਵੀ ਬੂਮ ਵੀ ਤੇ ਗੰਨਾ ਵੀ ਦੋਨੇ ਚੀਜ਼ਾਂ ਲੈ ਦੋਨੇ ਚੀਜ਼ਾਂ ਤੇ ਜਦੋਂ ਮੰਨ ਕੇ ਚੱਲ ਹੁਣ ਪੰਪ ਪੰਪ ਆਪਾਂ ਸਾਰੀ ਚੀਜ਼ ਨਵੀਂ ਤਿਆਰ ਕਰਕੇ ਤੇ ਥਾਰਮਾਂ ਲੈ ਗਿਆ ਤੇ ਉਹਦੀ ਗਰੰਟੀ ਆਪਾਂ ਕਿੰਨੀ ਗਰੰਟੀ 3 ਮਹੀਨੇ ਦੀ ਹੈ ਵੀਰੇ 3 ਮਹੀਨਿਆਂ ਦੀ ਯਾਨੀ ਸੀਜ਼ਨ ਦੀ ਗਾ ਲਓ ਤੁਸੀਂ ਵੀ ਸੀਜ਼ਨ ਦੀ ਫੁੱਲ ਗਰੰਟੀ ਆਪਣੀ ਸੀਜ਼ਨ ਦੀ ਗਰੰਟੀ ਆ ਤੇ ਗਰੰਟੀ ਕਾਹਦੀ ਹੋਊਗੀ ਪੰਪ ਤੋਂ ਲਾ ਕੇ A to Z ਸਾਰੀ ਚੀਜ਼ਾਂ ਦੀ ਸਾਰੀ ਕੰਪਲੀਟ ਸੈੱਟ ਦੀ ਹੋਈ ਆ ਕੰਪਲੀਟ ਸੈੱਟ ਦੀ ਗਰੰਟੀ ਆ ਹਾਂਜੀ ਕੋਈ ਇਹ ਨਹੀਂ ਹੈਗਾ ਵੀ ਪੰਪ ਫਾਈਬਰ ਦੇ ਆਪਾਂ ਦੀ ਜਾਈਦੀ ਘੱਟ ਟਾਈਮ ਨਹੀਂ ਨਹੀਂ ਠੀਕ ਹੈ ਬਸ ਆਕਾਸ਼ ਚ ਫਸਾ ਕੇ ਨਾ ਤੋੜੇ ਬੰਦਾ ਉਹ ਚੀਜ਼ ਦੀ ਕੋਈ ਗਰੰਟੀ ਠੀਕ ਹੈ ਵੀ ਉਵੇਂ ਤੋੜ ਚੱਲਦੀ ਚੀਜ਼ ਨੂੰ ਦਿੱਕਤ ਪੈਂਦੀ ਆ ਤਾਂ ਆਪਾਂ ਬੈਠੇ ਆ ਠੀਕ ਹੈ ਚਾਹੇ ਕੋਈ ਨਿਊਜ਼ਲ ਖਰਾਬ ਹੁੰਦੀ ਆ ਤੇ ਪੰਪ ਚ ਕਿਸੇ ਪਾਸੇ ਵੀ ਦਿੱਕਤ ਆਉਂਦੀ ਆ ਬਈ ਹਰਮਨ ਬੈਠਾ ਮਿੱਤਰੋ ਹਾਂਜੀ ਜੀ 6 ਮਹੀਨਿਆਂ ਦੀ ਆਪਾਂ ਕਹਿ ਸਕਦੇ ਆ ਵੀ 6 ਮਹੀਨਿਆਂ ਦਾ ਸੀਜ਼ਨ ਹੁੰਦਾ ਸੀਜ਼ਨ ਦੀ ਗਰੰਟੀ ਆ ਜੀ ਪੂਰੇ ਬੂਮਰ ਦੀ ਤੇ ਬਾਈ ਕੋਲ ਜੇ ਲੈਣ ਆਉਣਾ ਤੁਸੀਂ ਪਿੰਡ ਹੈਗਾ ਸਹਿਜਣਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ 98-4148-76 98-4148-76 ਸਕਰੀਨ ਦੇ ਉੱਤੇ ਵੀ ਨੰਬਰ ਲੱਗਿਆ ਵਾ ਇੱਕ ਚੀਜ਼ਾਂ ਹੋਰ ਵੀ ਨੇ ਬਾਈ ਇੱਧਰ ਆਇਓ ਮੜਾ ਜਿਹਾ ਕੈਮਰਾ ਲੈ ਕੇ ਆਹ ਜਿਹੜੀਆਂ ਨੇ ਆਪਣੀਆਂ ਲਿੰਕ ਵਾਲੀਆਂ ਪਲੇਟਾਂ ਇਹ 8 mm ਦੀਆਂ ਨੇ ਜਮਾਂ ਥੱਲਿਓ ਜਾਂਦੀਆਂ ਨੇ ਆਪਣੀਆਂ ਆਪਾਂ ਕੋਈ ਐਡੇ ਪੀਸ ਨਹੀਂ ਲਾਉਂਦੇ ਹੈਗੇ ਸਾਰੀ ਥੱਲਿਓ ਪੀਸ ਜਾਂਦਾ ਵੀ ਕਈ ਵਾਰੀ ਝੜਕੇ ਨਾਲ ਜੋੜ ਨੂੰ ਵੀ ਨਾ ਕੁਛ ਪਵੇ ਨੁਕਸਾਨ ਨਾ ਪਵੇ ਠੀਕ ਹੈ ਜੇ ਇਹੀ ਜੋੜ ਹਿੱਲ ਗਿਆ ਤਾਂ ਪੰਪ ਗਿਆ ਐ ਮੰਨ ਲਓ ਠੀਕ ਹੈ ਬਾਕੀ ਨਹੀਂ ਆਪਾਂ ਜ਼ਿਆਦਾਤਰ ਦੇਖਦੇ ਹਾਂ ਇਹ ਜਿਹੜੀਆਂ ਲਿੰਕਾਂ ਵਾਲੇ ਇੱਥੇ ਵੈਲਡ ਕਰਿਆ ਹੁੰਦਾ ਇਹਨਾਂ ਹਾਂ ਜੀ ਤੇ ਆਪਾਂ ਪੂਰੇ ਦਾ ਪੂਰਾ ਆਪਾਂ ਬਾਹਰਲੇ ਪਾਸੇ ਪੂਰੇ ਦਾ ਪੂਰਾ ਪੀਸ ਕਰਦੇ ਹਾਂ ਠੀਕ ਹੈ ਪੂਰੇ ਦਾ ਪੂਰਾ ਪੀਸ ਆ ਜਿਹੜਾ ਮਿੱਤਰੋ ਦੇਖ ਸਕਦੇ ਹੋ ਤੁਸੀਂ ਲੱਗਿਆ ਵਾ ਤੇ ਬਾਕੀ ਸੀਜ਼ਨ ਦੀ ਗਰੰਟੀ ਆ ਨੰਬਰ ਸਕਰੀਨ 'ਤੇ ਆ ਲਾ ਲਓ ਕਿ ਨਾ ਬਾਈ ਕੋਲੋਂ ਆਪਣਾ ਸਪਰੇਅ ਬੂਮਰ ਤਿਆਰ ਕਰਕੇ ਲਿਜਾ ਸਕਦੇ ਹੋ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਜੀ